ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ 'ਕੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਕਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਾ ਕਰਦੇ ਸੀ ਕਿੰਦੇ ਉਹ ਰੱਬ ਦਾ ਬਹੁਤ ਜ਼ਿਆਦਾ ਨਾਮ ਜਪਿਆ ਕਰਦੇ ਸੀ ਕਿੰਦੇ ਉਹਨਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰ ਤੇ ਪਰਮਾਤਮਾ ਦਾ ਨਾਮ ਲਿਆ ਕਰਨਾ ਪਰ ਕਿੰਦੇ ਘਰ ਨਾ ਬੜੀ ਜ਼ਿਆਦੀ ਗਰੀਬੀ ਸੀ ਕਹਿੰਦੇ ਪਰਮਾਤਮਾ ਨਾਲ ਆਪਣੇ ਭਗਤਾਂ ਦੀ ਹਮੇਸ਼ਾ ਪਰਖਿਆ ਜ਼ਰੂਰ ਲੈਂਦੇ ਨੇ ਕਹਿੰਦੇ ਅੰਤਾਂ ਦੀ ਗਰੀਬੀ ਪਰ ਫਿਰ ਵੀ ਉਹਨਾਂ ਨਾਮ ਜਪਣਾ ਨਾ ਛੱਡਿਆ ਕਹਿੰਦੇ ਪਰਮਾਤਮਾ ਨੇ ਖੁਸ਼ ਹੋ ਕੇ ਸੁਪਨੇ ਦੇ ਵਿੱਚ ਉਹਨੂੰ ਕਿਹਾ ਕਿ ਦੱਸ ਤੈਨੂੰ ਕੀ ਚਾਹੀਦਾ ਉਹਨਾਂ ਕਿਹਾ ਜੀ ਸਾਡੇ ਘਰ ਨਾਲ ਸਾਰੀਆਂ ਸੁੱਖ ਸਹੂਲਤਾਂ ਆ ਜਾਣ ਅਸੀਂ ਚਾਹੁੰਦੇ ਹਾਂ ਸੁੱਖ ਤੇ ਬਰਕਤ ਦਾ ਸਥਾਈ ਨਿਵਾਸ ਹੋ ਜਾਏ ਅਗੋਂ ਆਵਾਜ਼ ਆਈ ਵੀ ਜਿੱਥੇ ਤੁਸੀਂ ਰੋਜ਼ ਕਥਾ ਕੀਰਤਨ ਸੁਣਨ ਜਾਂਦੇ ਉੱਥੇ ਇੱਕ ਮਾਈ ਕੱਲੀ ਬੈਠ ਕੇ ਰੋਜ਼ ਗੋਹੇ ਥੱਪਦੀ ਤੁਸੀਂ ਉਹਨੂੰ ਆਪਣੇ ਘਰ ਬੁਲਾ ਲਵੋ ਤੇ ਤੁਹਾਡੇ ਸਾਰੇ ਜਿੰਨੇ ਦੁੱਖ ਹੈ ਦਲੇਦਰ ਨੇ ਜੇ ਗੁਰਬਤਾ ਉਹ ਦੂਰ ਹੋ ਜਾਏਗੀ ਕਹਿੰਦੇ ਉਹਨਾਂ ਉਵੇਂ ਹੀ ਕੀਤਾ ਕਹਿੰਦੇ ਅੰਮ੍ਰਿਤ ਵੇਲੇ ਉਹ ਉੱਠ ਜਾਇਆ ਕਰਦੇ ਸੀ ਪਰ ਅੱਜ ਕਹਿੰਦੇ ਉਹ ਬੜੀ ਛੇਤੀ ਉਠ ਗਏ ਜਾ ਕੇ ਤੇ ਉਸ ਥਾਂ ਬੈਠ ਕੇ ਉਸ ਥਾਂ ਦੇਖਦੇ ਆ ਇੱਕ ਮਾਈ ਗੋਹੇ ਥੱਪ-ਥੱਪ ਕੇ ਤੇ ਰੱਖੀ ਜਾਂਦੀ ਉਹ ਮਾਈ ਦੇ ਕੋਲ ਕੇ ਕਿ ਮਾਈ ਅਸੀਂ ਤੁਹਾਨੂੰ ਆਪਣੇ ਘਰ ਬੁਲਾਉਣਾ ਹੈ ਹੁਣ ਮਾਈ ਸਮਝ ਗਈ ਕਿ ਇਹਨੂੰ ਕਿਸੇ ਚੀਜ਼ ਦਾ ਤਾਂ ਗਿਆਨ ਹੋਇਆ ਤਾਂ ਹੀ ਇਹ ਮੈਨੂੰ ਆਪਣੇ ਘਰ ਬੁਲਾਉਣਾ ਹੈ ਮਾਈ ਨੇ ਕਿਹਾ ਪੁੱਤ ਮੈਂ ਜ਼ਰੂਰ ਆਵਾਂਗੀ ਪਰ ਉਸ ਤੋਂ ਪਹਿਲਾਂ ਤੈਨੂੰ ਆਪਣੇ ਘਰ ਕੁਝ ਕੰਮ ਕਰਨਾ ਪਵੇਗਾ ਤੇ ਮੈਂ ਤੇਰੇ ਘਰ ਫਿਰ ਆ ਕੇ ਸਥਾਈ ਨਿਵਾਸ ਕਰ ਜਾਾਂਗੀ ਕਹਿੰਦੇ ਮਾਈ ਸਥਾਈ ਨਿਵਾਸ ਤੇ ਕੀ ਕੰਮ ਕਰਨੇ ਪੈਣਗੇ ਕਹਿੰਦੀ ਕੋਈ ਨਾ ਪੁੱਤ ਪਹਿਲਾਂ ਤੂੰ ਇੱਕ ਕੰਮ ਕਰਨੇ ਆਰੰਭ ਕਰ ਕਹਿੰਦੇ ਦੱਸੋ ਜੀ ਮਾਈ ਕਹਿੰਦੀ ਰੋਜ਼ ਇਸ਼ਨਾਨ ਕਰਕੇ ਤੂੰ ਪਰਮਾਤਮਾ ਦਾ ਨਾਮ ਤਾਂ ਲੈਣਾ ਹੀ ਲੈਣਾ ਪਰ ਇੱਕ ਗੱਲ ਦੋਵੇਂ ਜਣੇ ਯਾਦ ਰੱਖੋ ਰੋਜ਼ ਇਸ਼ਨਾਨ ਕਰਕੇ ਬੀਬਾ ਤੂੰ ਫਿਰ ਰਸੋਈ ਵਿੱਚ ਜਾਣਾ ਰਸੋਈ ਨੂੰ ਸਾਫ਼ ਕਰ ਤੇ ਉਸ ਤੋਂ ਬਾਅਦ ਵਾਹਿਗੁਰੂ ਦਾ ਨਾਮ ਲੈ ਕੇ ਤੂੰ ਪ੍ਰਸ਼ਾਦਾ ਬਣਾਉਣਾ ਤੇ ਦਸਵੰਧ ਰੂਪ ਵਿੱਚ ਪ੍ਰਸ਼ਾਦਾ ਕੱਢ ਕਿਸੇ ਭੁੱਖੇ ਦਾ ਤੂੰ ਢਿੱਡ ਭਰਨਾ ਰੋਜ਼ ਸ਼ਾਮ ਨੂੰ ਆਪਣੇ ਘਰ ਤੂੰ ਜੋਤ ਜਗਾ ਜੂਠ ਨੂੰ ਰਸੋਈ ਵਿੱਚੋਂ ਕੱਢ ਦੇ ਤੂੰ ਲਗਾਤਾਰ 7 ਦਿਨ ਇੱਕ ਕੰਮ ਕਰ। 7ਵੇਂ ਦਿਨ ਤੇਰੇ ਘਰ ਮੈਂ ਆ ਪਾਵਾਂਗੀ ਤੇ ਤੇਰੇ ਘਰ ਦਾ ਦਲੇਦਰ ਮੈਂ ਸਾਰਾ ਬਾਹਰ ਕੱਢ ਦਾਂਗੀ। ਤੇਰੇ ਘਰ ਦੀ ਗੁਰਪਤਵੀ ਮੈਂ ਬਾਹਰ ਕੱਢ ਦਾਂਗੀ। ਉਹਨਾਂ ਉਵੇਂ ਕਰਨਾ ਆਰੰਭ ਕੀਤਾ। ਰੋਜ਼ ਉੱਠ ਇਸ਼ਨਾਨ ਕਰ ਉਹ ਨਾਮ ਤਾਂ ਪਹਿਲੇ ਹੀ ਜਪਦੇ ਸੀ। ਹੁਣ ਉਹ ਬੀਬੀ ਨੇ ਰਸੋਈ ਨੂੰ ਸਾਫ਼ ਕਰ ਵਾਇਗਰੂ ਦਾ ਨਾਮ ਲੈ ਪ੍ਰਸ਼ਾਦਾ ਬਣਾਉਣਾ। ਦਸਵੰਦ ਰੂਪ ਚ ਪ੍ਰਸ਼ਾਦਾ ਕਰ ਕਿਸੇ ਦਾ ਢਿੱਡ ਪਰਣਾ। ਸ਼ਾਮ ਨੂੰ ਘਰ ਜੋਤ ਵੀ ਲਗਾਇਆ ਕਰਨੀ। ਕਹਿੰਦੇ ਸਤਵਾਂ ਦਿਨ ਹੋਇਆ ਤੇ ਉਹ ਮਾਈ ਉਹਦੇ ਘਰ ਆਈ ਕਹਿੰਦੇ ਮਾਈ ਨੇ ਉਹਦੇ ਘਰੋਂ ਪ੍ਰਸ਼ਾਦਾ ਛਕਿਆ ਤੇ ਜਿੱਥੇ ਉਹਨੇ ਦੀਵਾ ਜਗਾਇਆ ਸੀ ਕਹਿੰਦੇ ਉਹ ਮਾਈ ਇੱਕ ਲੋਹ ਦੇ ਵਿੱਚ ਕਹਿੰਦੇ ਬਿਪਰਵਰਤਿਤ ਹੋਗੀ ਤੇ ਮਾਈ ਨੇ ਕਿਹਾ ਵੀ ਜੋ ਵੀ ਆਪਣੇ ਘਰ ਇਹ ਕੰਮ ਕਰੇਗਾ ਜਿਹੜੀਆਂ ਵੀ ਪੀਪੀਆਂ ਆਪਣੇ ਘਰ ਇਹ ਕੰਮ ਕਰਨਗੀਆਂ ਉਹਦੇ ਘਰ ਮਾਇਆ ਦਾ ਸਥਾਈ ਨਿਵਾਸ ਹੋਏਗਾ ਦਲਿੱਦਰ ਤੇ ਗਰੀਬੀ ਉਹਦੇ ਘਰੋਂ ਖੰਬਲਾ ਉੱਡ ਜਾਣਗੇ ਏਸੀ ਪਹਿਲਾ ਕੰਮ ਜੋ ਬੀਬੀਆਂ ਨੇ ਹਰ ਰੋਜ਼ ਆਪਣੇ ਘਰ ਕੰਮ ਕਰਨਾ ਹੈ ਹੁਣ ਦੂਸਰੀ ਗੱਲ ਬਾਰੇ ਚਰਚਾ ਕਰਦੇ ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਤੇ ਸੇਠ ਰਿਹਾ ਕਰਦਾ ਸੀ ਕਹਿੰਦੇ ਉਹ ਬੜਾ ਜ਼ਿਆਦਾ ਤਨੀ ਸੀ ਉਹਦੇ ਚਾਰ ਨੂਹਾਂ ਤੇ ਚਾਰ ਹੀ ਪੁੱਤ ਸੀ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਗਿਆ ਇੱਕ ਦਿਨ ਸੇਠ ਸੁੱਤਾ ਤੇ ਉਹਦੇ ਸੁਪਨੇ ਦੇ ਵਿੱਚ ਉਹਨੂੰ ਮਾਇਆ ਨੇ ਆ ਕੇ ਦਰਸ਼ਨ ਦਿੱਤੇ ਮਾਇਆ ਨੇ ਕਿਹਾ ਸੇਠ ਮੈਂ ਤੇਰੇ ਘਰੋਂ ਆਉਣ ਵਾਲੇ 15 ਦਿਨਾਂ ਵਿੱਚ ਚਲੀ ਜਾਵਾਂਗੀ ਹਾਂ ਪਰ ਤੈਨੂੰ ਇਹਨਾ ਕਹਿਨੀ ਆਂ ਕਿ ਤੂੰ ਮੇਰੇ ਤੋਂ ਜਾਂਦੇ ਜਾਂਦੇ ਕੋਈ ਵੀ ਇੱਕ ਚੀਜ਼ ਮੰਗ ਲੈ ਉਹ ਚੀਜ਼ ਮੈਂ ਤੈਨੂੰ ਹਮੇਸ਼ਾ ਲਈ ਦੇ ਕੇ ਜਾਵਾਂਗੀ ਹੁਣ ਸੀਤ ਸੋਚਦਾ ਵੀ ਮੈਂ ਕੀ ਮੰਗਾ ਕਹਿੰਦਾ ਮਾਇਆ ਦੀ ਦੇਵੀ ਇਹਨਾ ਕੋ ਕਰ ਦੋ ਵੀ ਮੈਂ ਨਾ ਆਪਣੇ ਨੂਹਾ ਤੇ ਪੁੱਤਾਂ ਦੇ ਨਾਲ ਸਲਾਹ ਕਰ ਲਾ ਉਸ ਤੋਂ ਬਾਅਦ ਸਵੇਰੇ ਤੁਸੀਂ ਆਇਓ ਤੇ ਤੁਹਾਨੂੰ ਦੱਸ ਦਾਂਗਾ ਮਾਇਆ ਨੇ ਕੀ ਆ ਠੀਕ ਹੈ ਸਵੇਰ ਹੋਈ ਤੇ ਆਪਣੇ ਨੋਹਾ ਤੇ ਪਤਨ ਨੂੰ ਬੁਲਾਇਆ ਵੀ ਦੱਸੋ ਐਵੇਂ ਮਾਇਆ ਨੇ ਕਿਹਾ ਵੀ 15 ਦਿਨ ਤੁਹਾਡੇ ਕਰ ਰਵਾਂਗੇ ਹੁਣ ਦੱਸੋ ਵੀ ਉਹਨੇ ਨਾਲ ਇਹ ਕਿਹਾ ਵੀ ਇੱਕ ਚੀਜ਼ ਦੇ ਕੇ ਜਾਵਾਂਗੇ ਉਹ ਤੁਸੀਂ ਮੰਗ ਸਕਦੇ ਹੋ ਕੀ ਮੰਗਣਾ ਹੁਣ رائے ਕਰਕੇ ਦੱਸੋ ਵੀ ਆਪਾਂ ਕੀ ਮੰਗਣਾ ਵੱਡੇ ਨੂੰ ਪਤਨੇ ਕਿਹਾ ਐਵੇਂ ਕਰੋ ਜਿੰਨੇ ਆਪਣੇ ਗੋਦਾਮ ਨੇ ਨਾ ਉਹ ਸੋਨੇ ਦੇ ਪਰਵਾ ਲੋ ਦੂਜੇ ਨੇ ਕਿਹਾ ਨਹੀਂ ਆਪਾਂ ਐਵੇਂ ਕਰਦੇ ਹਾਂ ਵੀ ਜਿੰਨਾ ਵੀ ਆਪਣੇ ਗੋਦਾਮ ਨੇ ਉਹ ਪੈਸਿਆਂ ਨਾਲ ਪਰਾ ਲੋ ਤੀਜੇ ਨੇ ਕਿਹਾ ਐਵੇਂ ਕਰਦੇ ਆ ਵੀ ਆਪਾਂ ਕਹਿੰਦੇ ਆ ਜਿੰਨੀਆਂ ਸਾਡੀਆਂ ਦੁਕਾਨਾਂ ਨੇ ਉਹ ਦੋਬਲ ਕਰ ਦੋ ਸਾਰਿਆਂ ਨੇ ਆਪਣੀ ਵੱਖ-ਵੱਖ رائے ਦਿੱਤੀ ਛੋਟਾ ਨੂੰ ਬੁੱਧ ਚੁੱਪ ਕਰਕੇ ਆਰਾਮ ਨਾਲ ਇੱਕ ਪਾਸੇ ਬੈਠਾ ਰਿਹਾ ਉਹ ਕਹਿੰਦੀ ਪਿਤਾ ਜੀ ਜੇ ਤੁਸੀਂ ਇਜਾਜ਼ਤ ਦਿਵੋ ਤੇ ਮੈਂ ਕੁਝ ਕਹਿਣਾ ਚਾਹੁੰਨੀ ਆ ਉਹਦੇ ਪਿਤਾ ਜੀ ਨੇ ਕਿਹਾ ਵੀ ਸਾਰੇ ਆਪਣੇ-ਆਪਣੇ رائے ਦੇਂਦੇ ਨੇ ਤੂੰ ਵੀ ਦੇ ਉਹਨੇ ਕਿਹਾ ਪਿਤਾ ਜੀ ਵੇਖੋ ਜੇ ਸੋਨਾ ਮੰਗਾਗੇ ਮਾਇਆ ਆਪਣੇ ਘਰੋਂ ਚਲੇਗੀ ਤੇ ਸੋਨਾ ਵੀ ਉਹ ਮਿੱਟੀ ਹੋ ਜਾਣਾ ਪੈਸੇ ਮੰਗਾਗੇ ਤੇ ਉਹ ਵੀ ਮਾਇਆ ਗਈ ਤੇ ਕਿਸੇ ਨਾ ਕਿਸੇ ਰੂਪ ਵਿੱਚ ਉਹ ਧਨ ਵੀ ਖਰਚ ਹੋਏਗਾ ਹੀ ਹੋਏਗਾ ਤੇ ਪਿੱਛੇ ਕੁਝ ਨਹੀਂ ਬਚਣਾ ਜੇ ਦੀ ਦੁਕਾਨਾਂ ਨੇ ਮਾਇਆ ਚਲੀ ਗਈ ਤੇ ਉਹ ਇੱਕ ਵੀ ਨਹੀਂ ਰਹਿਣੀਆਂ ਭਾਵੇਂ ਉਹ ਰੋਗ ਸੋ ਕਿਸੇ ਵੀ ਤਰੀਕੇ ਚਾਵੇ ਆਪਾਂ ਐਵੇਂ ਕਰੋ ਵੀ ਜਿਵੇਂ ਆਪਣੇ ਘਰ ਹੁਣ ਪਿਆਰ ਤੇ ਸਨੇਹ ਹੈ ਇਹ ਕਿਤੇ ਨਾ ਕਿਤੇ ਮਾਇਆ ਕਰਕੇ ਵੀ ਜਦੋਂ ਮਾਇਆ ਕਰ ਨਾ ਹੋਈ ਤਾਂ ਕਿਤੇ ਨਾ ਕਿਤੇ ਲੜਾਈ ਝਗੜੇ ਵਧਣਗੇ ਤੇ ਜਿਹੜਾ ਆਪਸੀ ਪਿਆਰ ਹੈ ਆਪਣਾ ਉਹ ਦੂਰ ਹੋ ਜਾਵੇਗਾ ਤੁਸੀਂ ਮਾਇਆ ਦੀ ਦੇਵੀ ਨੂੰ ਕਹੋ ਵੀ ਮੈਨੂੰ ਸਾਡੇ ਘਰ ਦਾ ਜਿਹੜਾ ਪਿਆਰ ਤੇ ਸਨੇਹ ਹੈ ਵੀ ਜਿਹੜਾ ਅਸੀਂ ਇੱਕ ਦੂਜੇ ਦਾ ਆਦਰ ਸਤਕਾਰ ਛੋਟਿਆਂ ਦਾ ਆਪਾਂ ਕਰਦੇ ਆਂ ਛੋਟਿਆਂ ਨੂੰ ਪਿਆਰ ਕਰਦੇ ਆਂ ਵੱਡਿਆਂ ਨੂੰ ਆਦਰ ਸਤਕਾਰ ਦਿੰਦੇ ਆਂ ਤੇ ਆਪਣੇ ਘਰ ਦਾ ਮਾਹੌਲ ਬੜਾ ਜ਼ਿਆਦਾ ਖੁਸ਼ਹਰਮਾਵੇਂ ਤੁਸੀਂ ਇਹ ਮੰਗੋ ਵੀ ਸਾਡੇ ਘਰ ਐਵੇਂ ਪਿਆਰ ਤੇ ਸਨੇਹ ਬਣਿਆ ਰਹੇ ਵੀ ਇਹ ਕਿਤੇ ਨਾ ਜਾਵੇ ਨਾ ਲੜਾਈ ਹੋਵੇ ਤੇ ਜੋ ਪਰਮਾਤਮਾ ਦਾ ਨਾਮ ਹੈ ਸਾਡੇ ਘਰ ਸਵੇਰੇ ਤੇ ਸ਼ਾਮ ਲਿਆ ਜਾਂਦਾ ਓ ਰਵੇ ਓ ਕਹਿੰਦੇ ਠੀਕ ਹੈ ਰਾਤ ਹੋਈ ਮਾਇਆ ਸੁਪਨੇ ਚ ਫੇਰ ਆਈ ਮਾਇਆ ਨੇ ਕਿਹਾ ਸੇਠ ਦੱਸੋ ਕੀ ਚਾਹੀਦਾ ਸੇਠ ਨੇ ਅਗੋ ਫੇਰ ਕਿਹਾ ਕਹਿੰਦਾ ਜੀ ਮੈਂ ਚਾਹਨਾ ਪਿਆਰ ਤੇ ਸਨੇਹ ਸਾਡੇ ਘਰੋਂ ਨਾ ਜਾਵੇ ਤੁਸੀਂ ਜਾਣੇ ਪੈਸੇ ਟਕੇ ਕਰਕੇ ਸਾਡੇ ਘਰ ਲੜਾਈ ਜੜੀ ਏ ਉਹ ਵਧੇਗੀ ਵਧੇਗੀ ਮੈਂ ਚਾਹਨਾ ਉਹ ਲੜਾਈ ਵੀ ਨਾ ਹੋਵੇ ਜਿਵੇਂ ਸਵੇਰੇ ਸ਼ਾਮ ਪਰਿਵਾਰ ਇਕੱਠਾ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਏ ਉਹ ਸਾਡੇ ਘਰ ਵਾਸ ਕਰੇ ਮਾਇਆ ਨੇ ਖੁਸ਼ ਹੋ ਕੇ ਕਿਹਾ ਸੇਠ ਤੂੰ ਮੈਨੂੰ ਨਾ ਮੰਗ ਕੇ ਵੀ ਆਪਣੇ ਘਰ ਮੰਗ ਲੈ ਮੈਂ ਤੇਰੇ ਘਰ ਨਹੀਂ ਜਾਵਾਂਗੀ ਸੇਠ ਦੇ ਅੱਗੇ ਕਿਹਾ ਕਿਉਂ ਹੁਣ ਕੀ ਹੋਇਆ ਅੱਗੇ ਮਾਇਆ ਨੇ ਕਿਹਾ ਜਿੱਥੇ ਪਿਆਰ ਹੁੰਦਾ ਉਥੇ ਮਾਇਆ ਹਮੇਸ਼ਾ ਵਾਸ ਕਰਦੀ ਹੈ ਜਿੱਥੇ ਪੈਸਾ ਹੈ ਉਥੇ ਜ਼ਰੂਰੀ ਨਹੀਂ ਪ੍ਰੇਮ ਤੇ ਪਿਆਰ ਹੋਵੇ ਪਰ ਹਾਂ ਜਿੱਥੇ ਪ੍ਰੇਮ ਤੇ ਪਿਆਰ ਹੈ ਉਥੇ ਜ਼ਰੂਰ ਮੈਂ ਵਾਸ ਕਰਾਂਗੀ ਜਿੱਥੇ ਪਿਆਰ ਹੈ ਉਥੇ ਪਰਮਾਤਮਾ ਆਪ ਆ ਕੇ ਵਾਸ ਕਰਦੇ ਨੇ ਤੇ ਜਿੱਥੇ ਪਰਮਾਤਮਾ ਉਥੇ ਮੈਂ ਸਥਾਈ ਨਿਵਾਸ ਕਰਾਂਗੀ ਜਿੱਥੇ ਇੱਕ ਦੂਜੇ ਨੂੰ ਆਦਰ ਸਤਕਾਰ ਦਿੱਤਾ ਜਾਂਦਾ ਹੈ ਛੋਟਿਆਂ ਨੂੰ ਪਿਆਰ ਦਿੱਤਾ ਜਾਂਦਾ ਉਸ ਘਰ ਹਮੇਸ਼ਾ ਬਰਕਤ ਵਾਸ ਕਰਦੀ ਜੋ ਇਹ ਕੰਮ ਆਪਣੇ ਘਰ ਕਰਦਾ ਉਹਦੇ ਘਰ ਸੁਖ ਸਮ੍ਰiddhi ਆ ਪਾ ਕੇ ਚੱਲ ਕੇ ਆਉਂਦੀ ਉਹਦੇ ਬੁਹੇ ਤੇ ਖੁਸ਼ੀਆਂ ਆ ਪਾ ਕੇ ਦਸਤਕ ਦਿੰਦੀਆਂ ਫਿਰ ਜੋ ਵੀ ਬੀਬੀਆਂ ਇਹ ਦੋ ਕੰਮ ਆਪਣੇ ਘਰ ਕਰਤੀਆਂ ਨੇ ਨਾ ਉਹਨਾਂ ਦੇ ਘਰ ਸੁਖ ਸਮ੍ਰiddhi ਹਮੇਸ਼ਾ ਵਾਸ ਕਰਦੀ ਫਿਰ ਆਓ ਆਪਣੇ ਘਰ ਨੂੰ ਬਰਕਤਾਂ ਤੇ ਸੁੱਖਾਂ ਦੇ ਨਾਲ ਭਰਨ ਲਈ ਇਹ ਦੋ ਕੰਮ ਅੱਜ ਤੋਂ ਹੀ ਕਰਨੇ ਆਰੰਭ ਕਰਤੀ ਤੇ ਆਪਣੇ ਘਰ ਨੂੰ ਬਰਕਤਾਂ ਨਾਲ ਭਰ